ਪਰ ਜੋ ਮੈਨੂੰ ਖੁਸ਼ੀ ਮਿਲ ਰਹੀ ਹੈ ਲੋਕਾਂ ਦਾ ਜੋ ਕੰਮ ਪੈਂਡਿੰਗ ਪਿਆ ਹੋਇਆ ਸੀ ਉਹ ਕਰਕੇ ਉਹ ਇਹਦਾ ਇਹਦਾ ਜਿਹੜਾ ਪ੍ਰਭਾਵ ਆ ਉਹ ਲੋਕ ਤੁਹਾਨੂੰ ਆਪ ਦੱਸ ਰਹੇ ਨੇ ਅੱਜ ਦੀ ਡੇਟ ਦੇ ਵਿੱਚ ਮੇਰੇ ਵਾਰਡ 'ਚ ਕੋਈ ਵੀ ਐਸਾ ਮੱਲਾ ਕੋਈ ਵੀ ਅਸੀਂ ਗਲੀ ਨਹੀਂ ਹੈ ਜਿੱਥੇ ਸੀਵਰੇਜ ਦੀ ਪ੍ਰੋਬਲਮ ਆ ਤਕਰੀਬਨ ਮੇਰੀ ਵਾਰਡ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ 50 ਲੱਖ ਰੁਪਏ ਦਾ ਕੰਮ ਚੱਲ ਰਿਹਾ ਜੀ ਜਿਹਦੇ ਵਿੱਚ ਇੰਟਰਲੌਕ ਸਟਾਈਲਸ ਆ ਸੀਵਰੇਜ ਪਾਈਪਲਾਈਨਸ ਆ ਜਾਂ ਹੋਰ ਛੋਟਾ ਮोटा ਰਿਪੇਅਰਸ ਆ ਉਹ ਕੰਮ ਚੱਲ ਰਿਹਾ ਜੀ ਆਲਰੇਡੀ ਉਹ ਉਹ ਲੇਡੀ ਦੀ ਏਜ ਹੋਏਗੀ ਤਕਰੀਬਨ 60-70 ਸਾਲ ਉਹਨੇ ਮੈਨੂੰ ਗੱਲਾਂ ਲਾਇਆ ਉਹ ਰੋ ਭਾਈ ਕੰਦੀ ਵੀ ਮੈਨੂੰ ਇੰਨੀ ਖੁਸ਼ੀ ਹੋਏ ਬੱਚਿਆ ਵੀ ਜਿਹੜਾ ਕੰਮ ਸਾਡਾ 30-35 ਸਾਲ ਤੋਂ ਨਹੀਂ ਹੋਇਆ ਸੀ ਅਸੀਂ ਪਾਣੀ ਚੱਕ-ਚੱਕ ਬਾਲਟੀਆਂ ਨਾਲ ਮੀਂਹ ਦਾ ਬਾਹਰ ਛੱਡਦੇ ਸੀਗੇ ਅੱਜ ਸਾਨੂੰ ਲੱਗਾ ਵੀ ਅਸੀਂ ਇੱਕ ਚੰਗੇ ਮੱਲੇ 'ਚ ਚੰਗੇ ਸ਼ਹਿਰ 'ਚ ਚੰਗੇ ਏਰੀਏ 'ਚ ਰਹਿ ਰਹੇ ਹਾਂ ਜੇ ਪੋਲੇ ਸ਼ੰਕਰ ਨੇ ਵਾਹਿਗੁਰੂ ਨੇ ਕਿਰਪਾ ਕੀਤੀ ਸ਼੍ਰੀਮਤੀ ਇਕਤਾ ਜੈਨ ਜਿੱਥੇ ਕੇ ਹਾਊਸ ਪਹੁੰਚੂਗੀ ਤੇ ਮੈਂ ਹਰ ਮੱਲੇ ਦੀ ਇੱਕ ਮੱਲਾ ਕਮੇਟੀ ਬਣਾਉਂਗਾ ਉਹ ਡਿਸਾਈਡ ਕਰਨਗੇ ਵੀ ਕੰਮ ਕਿੱਦਾਂ ਠੀਕ ਕਰ ਕੋ ਲੈਣਾ ਉਹ ਕਿਹੜੀ ਕੁਆਲਿਟੀ ਨਾਲ ਲੈਣਾ ਐ ਆਰੀਆ ਸਕੂਲ ਦੀ ਗਰਾਊਂਡ ਦੇ ਵਿੱਚ ਇੱਕ 65 ਲੱਖ ਦੀ ਲਗਤ ਨਾਲ ਸਟੇਡੀਅਮ ਬਣ ਰਿਹਾ ਵਾ ਔਰ ਸਾਡੇ ਸ਼ਹਿਰ ਦੇ ਵਿੱਚ ਕੋਈ ਵੀ ਸਟੇਡੀਅਮ ਨਾਲੀ ਚੀਜ਼ ਨਹੀਂ ਸੀਗੀ ਅੱਜ ਤੁਸੀਂ ਜਾ ਕੇ ਦੇਖੋ ਕੰਮ ਚੱਲ ਰਿਹਾ ਵਾ ਔਰ ਸਾਡੇ ਬੱਚੇ ਜਿਹੜੇ ਆ ਉੱਥੇ ਵਧੀਆ ਤੋਂ ਵਧੀਆ ਖੇਡ ਸਕਣਗੇ ਜੀ ਸਾਂ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਲਵਲੀ ਕੁਮਾਰ ਸੋ ਦੋਸਤੋ ਪਿਛਲੇ ਦਿਨੀ ਅਸੀਂ ਜਦੋਂ ਨਕੌਦਰ ਦਾ ਸਰਵੇਖਣ ਕਰ ਰਹੇ ਸੀਗੇ ਤਾਂ ਲੋਕਾਂ ਦਾ ਕਾਫੀ ਆਪਣੇ ਪੁਰਾਣੇ ਕੌਂਸਲਰਾਂ ਦੇ ਖਿਲਾਫ ਗੁੱਸਾ ਸੀ ਉਸ ਤੋਂ ਬਾਅਦ ਅਸੀਂ ਇੱਕ ਸਰਵੇ ਹੋਰ ਕੀਤਾ ਜਿਸ ਵਿੱਚ ਲੋਕਾਂ ਦਾ ਕਹਿਣਾ ਸੀਗਾ ਕਿ ਜਿਹੜੇ ਵਾਰਡ ਦੇ ਕੰਮ ਨੇ ਉਹ ਗੌਰਵ ਜੈਨ ਵੱਲੋਂ ਕਰਵਾਏ ਜਾ ਰਹੇ ਨੇ ਤੇ ਉਹ ਅੱਜ ਅਸੀਂ ਉਹਨਾਂ ਨੂੰ ਤੁਹਾਡੇ ਆਪਣੇ ਚੈਨਲ ਦੇ ਰਾਹੀਂ ਤੁਹਾਨੂੰ ਰੂਬਰੂ ਕਰਵਾ ਰਹੇ ਹਾਂ ਗੌਰਵ ਜੈਨ ਜੀ ਜਿਨ੍ਹਾਂ ਦੇ ਵਾਈਫ ਵਾਰਡ ਨੰਬਰ 15 ਦੇ ਵਿੱਚੋਂ ਖੜੇ ਹੋ ਰਹੇ ਨੇ ਇੱਕਤਾ ਜੈਨ ਜੀ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪਹਿਲਾਂ ਤਾਂ ਸਾਂਝ ਟੀਵੀ ਦੇ ਸਾਰੇ ਸ਼੍ਰੋਤਾ ਨੂੰ ਔਰ ਤੁਹਾਡਾ ਬਹੁਤ ਐਦਨੋਂ ਸ਼ੁਕਰਗੁਜ਼ਾਰ ਹਾਂ ਕਿ ਜਿਨ੍ਹਾਂ ਨੇ ਮੇਰੇ ਸ਼ਹਿਰ ਮੇਰੇ ਵਾਰਡ ਦਾ ਨਿਖਣ ਕੀਤਾ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਸਤ ਤੁਹਾਡਾ ਵੀ ਬਹੁਤ-ਬਹੁਤ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਔਰ ਮੈਂ ਆਪਕੇ ਟੀਵੀ ਕਾ ਬਹੁਤ-ਬਹੁਤ ਸ਼ੁਕਰੀਆ ਆਦਾ ਕਰਤੀ ਹੂੰ ਜਿਨੋ ਨੇ ਮੇਰੇ ਕੋ ਇਨਵਾਈਟ ਕਰਾ ਥੈਂਕ ਯੂ ਮੈਂ ਕੈਸਾ ਫੀਲ ਹੋ ਰਹਾ ਹੈ ਆਪਕੋ ਕਿ ਆਪ ਲੋਗੋ ਕੀ ਮੁਸ਼ਕਿਲੋ ਜਾਨ ਪਾ ਰਹੇ ਹੋ ਓਨਕੀ ਸਮਸਿਆਵਾਂ ਕੋ ਹੱਲ ਕਰਵਾ ਰਹੇ ਹੋ ਕੈਸਾ ਫੀਲ ਬਹੁਤ ਅੱਛਾ ਲੱਗ ਰਹਾ ਹੈ ਮੈਨੂੰ ਖੁਸ਼ੀ ਹੁੰਦੀ ਹੈ ਕਿ ਮੈਂ ਲੋਕਾਂ ਕੇ ਲਿਏ ਕੁਝ ਆਪਣੇ ਤਹੇ ਦਿਲ ਸੇ ਕਰ ਕਰ ਪਾ ਰਹੀ ਹੂੰ ਜਿੰਨਾ ਹੋ ਸਕੇਗਾ ਮੈਂ ਲੋਗ ਮੈਨੂੰ ਚੁੰਦੇ ਹੈ ਤੇ ਜਿੰਨਾ ਹੋ ਗਿਆ ਮੈਂ ਉਨਕੀ ਆਪਣੇ ਦਿਲ ਸੇ ਸੇਵਾ ਕਰਾਂਗੀ ਜਿਵੇਂ ਤੁਹਾਡੇ ਹਸਬੰਦ ਨੇ ਗੌਰਵ ਜੈਨ ਜੀ ਇਹ ਤਾਂ ਸਦਾ ਹੀ ਸਮਾਜ ਸੇਵਾ ਦੇ ਕੰਮਾਂ ਦੇ ਵਿੱਚ ਲੱਗੇ ਰਹਿੰਦੇ ਨੇ ਹੁਣ ਤੁਹਾਨੂੰ ਵੀ ਲੋਕ ਚੁਣਨਗੇ ਮੌਕਾ ਦੇਣਗੇ ਤੇ ਤੁਹਾਨੂੰ ਲੱਗਦਾ ਕਿ ਤੁਸੀਂ ਆਪਣੇ ਘਰ ਦੇ ਜ਼ਰੂਰੀ ਰੁਝੇਵਿਆਂ 'ਚੋਂ ਸਮਾਂ ਕੱਢ ਕੇ ਉਹਨਾਂ ਨੂੰ ਸਮਾਂ ਦੇ ਪਾਉਂਗੇ ਕਿਉਂਕਿ ਇਹ ਤਾਂ ਸਰ ਤਾਂ ਪਹਿਲਾਂ ਹੀ ਬਿਜ਼ੀ ਨੇ ਤੇ ਤੁਸੀਂ ਵੀ ਸਮਾਂ ਕੱਢ ਸਕਦੇ ਆਪਣੇ ਬੱਚਿਆਂ ਦਾ ਬਿਲਕੁਲ ਕੱਢ ਸਕਦੀਆਂ ਕਿਉਂਕਿ ਮੇਰੇ ਬੱਚੇ ਇਤਨੇ ਛੋਟੇ ਨਹੀਂ ਹੈ ਕਿ ਉਹ ਆਪਣੇ ਕੋ ਨਾ ਸੰਭਾਲ ਸਕें ਉਹ ਸੰਭਾਲ ਸਕਦੇ ਆਪਣੇ ਆਪ ਕੋ ਔਰ ਮੈਂ ਲੋਕੋ ਕੀ ਸੇਵਾ ਕਰ ਸਕਦੀ ਹਾਂ ਹੁਣ ਗੱਲ ਕਰਦੇ ਗੁਰਜ ਜੈਨ ਸਾਹਿਬ ਜਦੋਂ ਅਸੀਂ ਨਾ ਸਰਵੇ ਕੀਤਾ ਸੀ ਲੋਕਾਂ ਦੇ ਵਿੱਚ ਇੱਕ ਵੱਖਰਾ ਹੀ ਜੋਸ਼ ਸੀਗਾ ਲੋਕਾਂ ਦਾ ਕਹਿਣਾ ਸੀਗਾ ਵੀ ਸਾਡੇ ਯਾਰ ਪੁਰਾਣੇ ਕਾਉਂਸਲਰਾਂ ਨੇ ਕੁਝ ਨਹੀਂ ਕੀਤਾ ਤੇ ਗੌਰਵ ਜੈਨ ਕੰਮ ਕਰਵਾ ਰਿਹਾ ਇਹ ਸਰ ਮਤਲਬ ਇੰਨਾ ਜੋਸ਼ ਇੰਨਾ ਜਜਬਾ ਲੋਕਾਂ ਦੇ ਕੰਮ ਕਰਵਾਉਣ ਦਾ ਉਹ ਵੀ ਆਪਣੇ ਜ਼ਰੂਰੀ ਰੁਝੇਵਿਆਂ ਚੋਂ ਸਮਾਂ ਕਿੱਦਾਂ ਕੱਢ ਲੈਣੇ ਜੀ ਦੇਖੋ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੂੰਗਾ ਜਿਹੜੇ ਮੇਰੇ ਪੁਰਾਣੇ ਕਾਉਂਸਲਰ ਭਾਈ ਸੀਗੇ ਉਹਨਾਂ ਨੇ ਵੀ ਆਪਣੀ ਐਫਰਟਸ ਕੀਤੀਆਂ ਹੋਣਗੀਆਂ 노 ਡਾਊਟ ਨਹੀਂ ਕੀਤੀਆਂ ਹੋਣਗੀਆਂ ਕੁਝ ਕੰਮ ਜਿਹੜੇ ਆ ਉਹ ਮੇਰੇ ਝੁਮੇ ਲੱਗਣੇ ਸੀਗੇ ਤੇ ਉਹਦਾ ਕ੍ਰੈਡਿਟ ਤੇ ਸ਼ਰੇ ਮੈਨੂੰ ਮਿਲਣਾ ਸੀਗਾ ਲੋਕਾਂ ਦੀ ਸੇਵਾ ਕਰਨ ਦਾ ਮੈਂ ਕਿਸੇ ਨੂੰ ਦੋਸ਼ੀ ਦੇ ਰਿਹਾ ਜਿੰਨੇ ਜੋਗੇ ਉਹ ਸੀਗੇ ਜਿੰਨੇ ਉਹ ਕਪੈਸਿਟੀ ਦਾ ਕੰਮ ਕਰਦੀ ਉਹਨਾਂ ਕੋਲ ਸੀਗੀ ਉਹਨਾਂ ਨੇ ਆਪਣਾ ਦੀ ਬੈਸਟ ਕੀਤਾ ਹੋਏਗਾ ਜੀ ਮੈਂ ਇਹ ਨਹੀਂ ਕਹਿੰਦਾ ਨਹੀਂ ਕੀਤਾ ਕੀਤਾ ਹੋਏਗਾ ਪਰ ਜੋ ਮੈਨੂੰ ਖੁਸ਼ੀ ਮਿਲ ਰਹੀ ਹੈ ਲੋਕਾਂ ਦਾ ਜੋ ਕੰਮ ਪੈਂਡਿੰਗ ਪਿਆ ਹੋਇਆ ਸੀ ਉਹ ਕਰਕੇ ਉਹ ਇਹਦਾ ਇਹਦਾ ਜਿਹੜਾ ਪ੍ਰਭਾਵ ਆ ਉਹ ਲੋਕ ਤੁਹਾਨੂੰ ਆਪ ਦੱਸ ਰਹੇ ਨੇ ਸਰ ਜਿਵੇਂ ਬੋਰਡ ਦੇ ਵਿੱਚ ਇੱਕ ਸਭ ਤੋਂ ਵੱਡੀ ਸਮੱਸਿਆ ਸੀਵਰੇਜ ਦੀ ਆ ਉਹ ਮਤਲਬ ਕਿੰਨੇ ਕ ਪਰਸੈਂਟ ਹੱਲ ਕਰਵਾਤੀ ਗਈ ਤੁਸੀਂ ਵਾਰਡ ਨੰਬਰ ਜੇ 15 ਦੀ ਗੱਲ ਕਰੋ ਤੁਸੀਂ ਆਪਣੇ ਲੈਵਲ ਤੇ ਸਰਵੇਜ ਜੇ ਕੀਤਾ ਸਾਰੇ ਪਾਸੇ ਗਏ ਹੋਗੇ ਅੱਜ ਦੀ ਡੇਟ ਦੇ ਵਿੱਚ ਮੇਰੇ ਵਾਰਡ ਚ ਕੋਈ ਵੀ ਐਸਾ ਮੱਲਾ ਕੋਈ ਵੀ ਅਸੀ ਗਲੀ ਨਹੀਂ ਹੈ ਜਿੱਥੇ ਸੀਵਰੇਜ ਦੀ ਪ੍ਰੋਬਲਮ ਆ ਤੁਸੀਂ ਆਪ ਚੈੱਕ ਕਰ ਸਕਦੇ ਦੁਬਾਰਾ ਜਾ ਕੇ ਚੈੱਕ ਕਰ ਸਕਦੇ ਸਰ ਅਸੀਂ ਨਾ ਵਾਰਡ ਨੰਬਰ 1 ਦੇ ਜਿਹੜੇ ਕਾਂਗਰਸ ਦੇ ਕੈਂਡੀਡੇਟ ਨੇ ਬਰਾੜ ਸਾ ਉਹਨਾਂ ਦਾ ਕਹਿਣਾ ਹੈ ਕਿ ਮੈਂ ਆਪਣੇ ਵਾਰਡ ਦੇ ਵਿੱਚ ਲਗਭਗ 1.5 ਕਰੋੜ ਦੇ ਕੰਮ ਕਰਵਾ ਚੁੱਕਾ ਤੇ ਤੁਹਾਡੇ ਵਾਰਡ ਦੇ ਵਿੱਚ ਕਿੰਨੇ ਕ ਕੰਮ ਪੈਂਡਿੰਗ ਸੀਗੇ ਤੇ ਕਿੰਨਾ ਕੁ ਉਹਦਾ ਬਜਟ ਅ ਦੇਖੋ ਜੀ ਐਗਜੈਕਟ ਮੈਂ ਤੁਹਾਨੂੰ ਫਿਗਰ ਤਾਂ ਮੇਰੇ ਕੋਲ ਹੈਗੀ ਆ ਪੇਪਰ ਦੇਣਾ ਜੀ ਲਗਭਗ ਮੇਰੀ ਵਾਰਡ ਜਿਹੜੇ ਨਵੇਂ ਕੰਮ ਜਿਹੜੇ ਸਟਾਰਟ ਹੋਏ ਆ ਉਹ ਕੋਈ 7ਵੇਂ ਮਹੀਨੇ ਟੈਂਡਰ ਲੱਗਾ ਜੀ ਕੋਈ 8ਵੇਂ ਮਹੀਨੇ ਲੱਗਾ ਜੀ 2020 ਦੇ ਵਿੱਚ ਤਕਰੀਬਨ ਮੇਰੀ ਵਾਰਡ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ 50 ਲੱਖ ਰੁਪਏ ਦਾ ਕੰਮ ਚੱਲ ਰਿਹਾ ਜੀ ਜਿਹਦੇ ਵਿੱਚ ਇੰਟਰਲੌਕ ਸਟਾਈਲਸ ਆ ਸੀਵਰੇਜ ਪਾਈਪਲਾਈਨਸ ਆ ਜਾਂ ਹੋਰ ਛੋਟਾ ਮोटा ਰਿਪੇਅਰਸ ਆ ਉਹ ਕੰਮ ਚੱਲ ਰਿਹਾ ਜੀ ਆਲਰੇਡੀ ਤੇ ਸਰ ਹੁਣ ਤੁਸੀਂ ਜਦੋਂ ਲੋਕਾਂ ਦੇ ਵਿੱਚ ਵਿਚਰਦੇ ਹੋ ਤੇ ਲੋਕਾਂ ਦਾ ਕਿੱਦਾਂ ਦਾ ਰਿਸਪੌਂਸ ਬਿਲਦਾ ਵੀ ਜਦੋਂ ਇੱਕ ਤਾਂ ਇੱਕ ਪਾਸੇ ਉਹ ਨਿਰਾਸ਼ ਹੁੰਦੇ ਆ ਦੂਜੇ ਪਾਸੇ ਉਹਨਾਂ ਦਾ ਕੰਮ ਹੋ ਜਾਣਾ ਤੇ ਕਿੱਦਾਂ ਉਹ ਦੁਆਵਾਂ ਦਿੰਦੇ ਨੇ ਇਹ ਦੇਖੋ ਇਹ ਤਾਂ ਮੈਂ ਕਹਿੰਦਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਮੈਂ ਛੋਟਾ ਹਜ਼ਾਰਤ ਨੂੰ ਦੇਣ ਲੱਗਾ ਇੱਕ ਗਲੀ 'ਚ ਮੈਂ ਗਿਆ ਜਿੱਥੇ ਤਕਰੀਬਨ 25-30 ਸਾਲ ਤੋਂ ਉੱਥੇ ਨਾ ਸੀਵਰੇਜ ਸੀਗਾ ਤੇ ਨਾ ਉੱਥੇ ਵਾਟਰਸਪਲਾਈ ਦੀ ਪਾਈਪਲਾਈਨ ਸੀਗੀ ਜਿਹੜਾ ਵਾਟਰਸਪਲਾਈ ਦੇ ਪਾਣੀ ਜਾ ਰਿਹਾ ਸੀ ਉਹਨਾਂ ਨੂੰ ਉਹ तकरीबन तकरीबन 30 ਜਾਂ 35 ਫੁੱਟ ਦੂਰ ਉਹਨਾਂ ਨੇ ਪਾਈਪ ਖਿੱਚ ਕੇ ਆਪਣੇ ਘਰ ਪਾਇਆ ਜਿਗਾ ਆਈ ਦੀ ਡੇਡ ਵਿੱਚ ਉੱਥੇ ਵਾਟਰ ਸਪਲਾਈ ਮਹੱਲਾ ਧੀਰਾ ਦਾ ਇੱਕ ਛੋਟਾ ਜਿਹਾ ਗਲੀ ਹੈ ਜੀ ਉਹ ਆਈ ਦੀ ਡੇਡ ਜੋ ਉੱਥੇ ਵਾਟਰ ਸਪਲਾਈ ਸੀਵਰੇਜ ਔਰ ਸਾਰੀ ਪਾਣੀ ਦੀ ਪਾਈਪ ਨੇ ਜਿਹੜੀ ਨਵੀਆਂ ਪੈ ਚੁੱਕੀਆਂ ਵਾਂ ਔਰ ਉੱਥੇ ਜਦੋਂ ਮੈਂ ਗਿਆ ਕੰਮ ਦੇਖਣ ਚਲੋ ਮੈਨੂੰ ਮੌਕਾ ਮਿਲਦਾ ਜਾਣਦਾ ਵੀ ਕੰਮ ਠੀਕ ਚੱਲ ਰਿਹਾ ਨਹੀਂ ਚੱਲਦਾ ਉਹ ਉਹ ਲੇਡੀ ਦੀ ਏਜ ਹੋएगी तकरीबन 65-70 ਸਾਲ ਉਹਨੇ ਮੈਨੂੰ ਗੱਲਾਂ ਲਾਇਆ ਔਰ ਰੋ ਭਈ ਕੰਦੀ ਵੀ ਮੈਨੂੰ ਇੰਨੀ ਖੁਸ਼ੀ ਹੋਏ ਬੱਚਿਆ ਵੀ ਜਿਹੜਾ ਕੰਮ ਸਾਡਾ 30 35 ਸਾਲ ਤੋਂ ਨਹੀਂ ਹੋਇਆ ਸੀ ਅਸੀਂ ਪਾਣੀ ਚੱਕ ਚੱਕ ਬਾਲਟੀਆਂ ਨਾਲ ਮੀਂਹ ਦਾ ਬਾਹਰ ਛੱਡਦੇ ਸੀਗੇ ਅੱਜ ਸਾਨੂੰ ਲੱਗਾ ਵੀ ਅਸੀਂ ਇੱਕ ਚੰਗੇ ਮਹੱਲੇ 'ਚ ਚੰਗੇ ਸ਼ਹਿਰ 'ਚ ਚੰਗੇ ਏਰੀਆ 'ਚ ਰਹਿ ਰਹੇ ਹਾਂ ਸਰ ਉਹਦਾ ਦੇਖਿਆ ਜਾਵੇ ਤਾਂ ਇਹ ਸਾਡੇ ਦੇਸ਼ ਦੀ ਤਰਾਸਦੀ ਆ ਵੀ ਸਾਨੂੰ 72 ਤੋਂ 73 ਸਾਲ ਹੋ ਗਏ ਆਜ਼ਾਦ ਹੋયા ਨੂੰ ਤੇ ਅਸੀਂ ਹੱਲੇ ਵੀ ਗਲੀਆਂ ਨਾਲੀਆਂ ਵਿੱਚ ਹੀ ਤੁਰੇ ਫਿਰਦੇ ਤੁਹਾਨੂੰ ਨਹੀਂ ਲੱਗਦਾ ਵੀ ਸਰਕਾਰਾਂ ਨੂੰ ਕੁਝ ਇਹਦੇ ਬਾਰੇ ਸੋਚਣਾ ਚਾਹੀਦਾ ਹੈ ਦੇਖੋ ਬਿਲਕੁਲ ਸਹੀ ਗੱਲ ਹੈ ਇਸ ਤੋਂ ਪਹਿਲਾਂ ਵੀ ਕੋਈ ਸੱਜਣ ਆਇਆ ਸੀ ਮੇਰੇ ਇੰਟਰਵਿਊ ਲੈਣ ਉਥੇ ਵੀ ਮੈਂ ਇਹੀ ਗੱਲ ਕਹੀ ਸੀਗੀ ਵੀ ਸਾਡੀ ਇੱਕ ਐਮਸੀ ਦਾ ਚਲੋ ਦਿਰਤ ਹੈਗਾ ਵੀ ਆਪਣੇ ਔਰ ਨੂੰ ਆਪਣੇ ਸ਼ਹਿਰ ਨੂੰ ਸਾਫ ਸੁਥਰਾ ਸੁੰਦਰ ਬਣਾਣਾ ਪਰ ਹੱਲੇ ਤੱਕ ਸਾਡਾ ਜੋ ਨੈਸੈਸਸ ਆ ਉਹ ਅਸੀਂ ਮੈਨੂੰ ਕੋਈ ਸ਼ਰਮ ਨਹੀਂ ਆ ਗੱਲ ਕਹਿਣ ਚ ਅਸੀਂ ਨਹੀਂ ਪੂਰੀਆਂ ਕਰ ਸਕੇ ਔਰ ਕੋਸ਼ਿਸ਼ੇ ਮੇਰੀ ਜਾਰੀ ਰਹੇਗੀ ਜ਼ਰੂਰਤਾਂ ਜਿਹੜੀਆਂ ਹੈਗੀਆਂ ਦਿਨ ਪਰ ਦਿਨ ਵਧਦੀਆਂ ਜਾਂਦੀਆਂ ਕੁਝ ਆਪਣੀ ਪੋਪੂਲੇਸ਼ਨ ਵੱਧ ਜਾਂਦੀ ਆ ਕੁਝ ਆਪਾਂ ਦੇ ਕੰਨੇ ਰਿਪੇਅਰ ਦੇ ਡਿਵੈਲਪਮੈਂਟ ਦੇ ਕੰਮ ਰੁਕ ਜਾਂਦੇ ਆ ਉਹ ਮੇਰੇ ਵੱਲੋਂ ਪੂਰੀ ਐਫਰਟਸ ਹੋ ਗਈਆਂ ਮੇਰੇ ਵੱਲੋਂ ਜਾਂ ਮੇਰੀ ਵਾਈਫ ਸ਼੍ਰੀਮਤੀ ਇਕਤਾ ਜੈਨ ਵੱਲੋਂ ਬਈ ਅਸੀਂ ਇੱਕ ਇਦਾਂ ਦਾ ਪਲੇਟਫਾਰਮ ਬਣਾਣਾ ਮੇਰੀ ਇੱਛਾ ਵਾ ਹਰ ਮੱਲੇ ਦੇ ਵਿੱਚ ਇੱਕ ਮੱਲਾ ਕਮੇਟੀ ਬਣਾਈ ਜਾਵੇ ਮੱਲਾ ਕਮੇਟੀ ਡਿਸਾਈਡ ਕਰੇ ਵੀ ਅਸੀਂ ਇਹ ਕੰਮ ਕਿੱਦਾਂ ਲੈਣਾ ਸਾਨੂੰ ਕਈ ਜਗ੍ਹਾ ਮੁਸ਼ਕਲਾਂ ਆਉਂਦੀਆਂ ਮੈਂ ਤੁਹਾਨੂੰ ਕੈਮਰੇ ਸਾਹਮਣੇ ਕਹਿਣਾ ਨਹੀਂ ਚਾਹੁੰਦਾ ਪਰ ਮੈਂ ਕਹਿ ਰਿਹਾ ਬਈ ਜਿੱਦਾਂ ਆਪਾਂ ਇੱਕ ਗਲੀ ਬਣਾ ਰਹੇ ਹਾਂ ਔਰ ਕਿਸੇ ਦਾ ਘਰ ਕੋਈ ਨੀਵਾ ਹੁੰਦਾ ਕਿਸੇ ਦੇ ਘਰ ਉੱਚਾ ਹੁੰਦਾ ਅਗਲਾ ਕੋਈ ਕਹਿੰਦਾ ਨਹੀਂ ਜੀ ਸਾਡੀ ਟਾਈਲ ਜਿਹੜੀ ਆ ਇਦਾਂ ਹੀ ਲਗਣੀ ਚਾਹੀਦੀ ਆ ਬਰਾਬਰ ਕੋਈ ਕਹਿੰਦਾ ਨਹੀਂ ਜੀ ਸਾਡੇ ਪਟਕੇ ਲਾਗੂ ਸਾਡਾ ਘਰ ਨੀਵਾ ਵਾ ਇਹ ਮੁਸ਼ਕਲਾਂ ਸਾਨੂੰ ਆਉਂਦੀਆਂ ਵਾ ਪਰ ਮੈਂ ਦੇਖਦਾ ਸਾਡੇ ਵਾਰਡ ਵਾਸੀ ਸਾਡੇ ਸ਼ਹਿਰ ਨਵਾਸੀ ਬਹੁਤ ਹੀ ਵਧੀਆ ਵਾ ਕੰਪਰਮਾਈਜ਼ ਨੇਚਰ ਦੇ ਬੰਦੇ ਆ ਮੇਰੀ ਇੱਛਾ ਵਾ ਵੀ ਜੇ ਭੋਲੇ ਸ਼ੰਕਰ ਨੇ ਵਾਹਿਗੁਰੂ ਨੇ ਕਿਰਪਾ ਕੀਤੀ ਸ਼੍ਰੀਮਤੀ ਏਕਤਾ ਜੈਨ ਜਿੱਤ ਕੇ ਹਾਊਸ ਪਹੁੰਚੂਗੀ ਤੇ ਮੈਂ ਹਰ ਮੱਲੇ ਦੀ ਇੱਕ ਮੱਲਾ ਕਮੇਟੀ ਬਣਾਉਂਗਾ ਉਹ ਡਿਸਾਈਡ ਕਰਨਗੇ ਵੀ ਕੰਮ ਕਿੱਦਾਂ ਠੇਕੇਦਾਰ ਕੋਲ ਲੈਣਾ ਉਹ ਕਿਹੜੀ ਕੁਆਲਿਟੀ ਨਾਲ ਲੈਣਾ ਉਹਦੇ ਨਾਲ ਕਲੈਪਸ਼ਨ 'ਚ ਵੀ ਫਰਕ ਪਊਗਾ ਔਰ ਕੰਮ ਦੀ ਕੁਆਲਿਟੀ ਵੀ ਫਰਕ ਪਊਗਾ ਹਾਂਜੀ ਜਿੰਨੇ ਬੰਦੇ ਜ਼ਿਆਦਾ ਹੋਣਗੇ ਲੋਕ ਡਰਣਗੇ ਜੀ ਬਿਲਕੁਲ ਨਹੀਂ ਚਲੋ ਡਰਾਣਾ ਤਾਂ ਨਹੀਂ ਆਪਾਂ ਕਿਸ ਨੂੰ ਆਪਾਂ ਆਪਾਂ ਹਾਂਜੀ ਬਿਲਕੁਲ ਆਪਾਂ ਇਹ ਕਹਨੇ ਆ ਵੀ ਕੋਈ ਵੀ ਠੇਕੇਦਾਰ ਜਾਂ ਕੋਈ ਲੇਬਰ ਕੋਈ ਕੰਮ ਕਰ ਰਹੀ ਆ ਉਹ ਦੇਖੋ ਅਸੀਂ ਪੂਰੀ ਵਾਰ ਚ ਬਾਰ ਬਾਰ ਨਹੀਂ ਜਾ ਕੇ ਦੇਖ ਸਕਦੇ ਉਹ ਮੱਲਾ ਕਮੇਟੀ ਬਣੂਗੀ ਮੱਲਾ ਕਮੇਟੀ ਦਾ ਡਿਊਟ ਹੋਊਗਾ ਵੀ ਉਹ ਕੰਮ ਜਿਹੜਾ ਚੱਲ ਰਿਹਾ ਵਾ ਕਿੱਦਾਂ ਚੱਲ ਰਿਹਾ ਵਾ ਕਿ ਉੱਥੇ ਕਮੀ ਤਾਂ ਨਹੀਂ ਕੋਈ ਹੈਗੀ ਔਰ ਹਰ ਵਲੇ ਅਸੀਂ ਨਹੀਂ ਮੌਕੇ ਰਹਿ ਸਕਦੇ ਔਰ ਮੇਰੀ ਇਹ ਸੋਚ ਆ ਵੀ ਆਪਾਂ ਹਰ ਮੱਲੇ ਦੇ ਵਿੱਚ ਵਾਰਡ ਦੇ ਵਿੱਚ ਆਪਣੀਆਂ ਮਹੱਲਾ ਕਮੇਟੀਆਂ ਬਣਾਈਏ ਜਿਹੜਾ ਉਹ ਸਫਾਈ ਦਾ ਧਿਆਨ ਰੱਖੂਗੀ ਡਵੈਲਪਮੈਂਟ ਕਿਸੇ ਪ੍ਰਕਾਰ ਦੀ ਉਹ ਧਿਆਨ ਰੱਖੂਗੀ ਸੀਵਰੇਜ ਦਾ ਕੰਮ ਹੋਵੇ ਪ੍ਰੋਬਲਮ ਉਹ ਦੱਸਣ ਕਿ ਸਾਨੂੰ ਵੀ ਜਿਹੜਾ ਸੁਚਾਰੂ ਰੂਪਣਾ ਮੇਰੀ ਆਵਾਜ਼ ਮੇਰੇ ਸ਼ਹਿਰ ਦੇ ਵਿੱਚ ਕੰਮ ਚੱਲ ਸਕੇ ਸਰ ਇਹ ਤਾਂ ਹੋ ਗਈ ਆਪਣੇ ਵਾਰਡ ਦੀ ਗੱਲ ਆਉਣ ਵਾਲੇ ਸਮੇਂ 'ਚ ਕਾਉਂਸਲਰ ਬਣਨ ਤੋਂ ਬਾਅਦ ਮੌਜੂਦਾ ਸਰਕਾਰ ਦੇ ਤੁਸੀਂ ਨੁਮਾਇੰਦੇ ਬੰਨਣਾ ਜੀ ਤੇ ਸਰ ਪਹਿਲਾ ਟੀਚਾ ਕੀ ਹੋਊਗਾ ਵੀ ਨਕੋਦਰ ਸ਼ਹਿਰ ਲਈ ਆਪਾਂ ਆਹ ਪ੍ਰੋਜੈਕਟ ਲੈ ਕੇ ਆਣਾ ਹੈ ਦੇਖੋ ਪ੍ਰੋਜੈਕਟ ਸਾਡਾ ਜਿਹੜਾ ਸੀਵਰੇਜ ਦਾ ਚੱਲਦਾ ਪਿਆ ਬਹੁਤ ਵੱਡਾ ਪ੍ਰੋਜੈਕਟ ਆ ਉਹ ਕੁਝ ਸ਼ੋਰ ਮਿਲ ਕਾਰਨ ਉਹ ਕੰਮ ਰੁਕ ਗਿਆ ਪਾਈਪਲਾਈਨ ਸਾਰੀਆਂ ਆਈਆਂ ਹੋਈਆਂ ਵਾ ਸਾਡੀ ਸਰਕਾਰ ਦੀ ਔਰ ਸਾਡੀ ਨਕੋਦਰ ਨਗਰ ਕਾਉਂਸਲ ਦੀ ਇਹੀ ਪ੍ਰਾਇੋਰਟੀ ਰਹੂਗੀ ਸੀਵਰੇਜ ਬੋਰਡ ਦੀ ਵੀ ਸਭ ਤੋਂ ਪਹਿਲਾਂ ਜਿਹੜਾ ਆਪਾਂ ਸੀਵਰੇਜ ਦਾ ਕੰਮ ਜਿਹੜੇ ਬਾਜ਼ਾਰਾਂ ਦੇ ਵਿੱਚ ਵੀ ਚੱਲਣਾ ਵਾ ਕੋਈ ਕਾਫੀ ਇਸਰਾਫਾ ਬਾਜ਼ਾਰ ਬਾਂਸਾਲਾ ਬਾਜ਼ਾਰ ਕਾਫੀ ਪ੍ਰੋਬਲਮ ਰਹਿੰਦੀ ਆ ਸੀਵਰੇਜ ਕਰਕੇ ਉਸ ਕੰਮ ਨੂੰ ਦੂਰ ਕਰੀਏ ਕਿਉਂਕਿ ਲੋਕਾਂ ਦੇ ਪਿਛਲੇ 25-30 ਸਾਲ ਤੋਂ ਅਸੀਂ ਉਹ ਹਰ ਬਰਸਾਤ ਚ ਹਰ ਰੋਜ਼ ਦੇਖਦੇ ਆਂ ਉਥੇ ਸੀਵਰੇਜ ਜਾਮ ਰੰਦਾ ਜਦ ਤੱਕ ਪੂਰੀ ਸ਼ਹਿਰ ਦੇ ਵਿੱਚ ਸੀਵਰੇਜ ਨਹੀਂ ਪੈਂਦਾ ਤਦ ਤੱਕ ਇਹ ਪ੍ਰੋਬਲਮ ਸੋਲਵ ਨਹੀਂ ਹੋਣੀ ਸਾਡਾ ਪਹਿਲਾ ਟੀਚਾ ਸਾਡਾ ਏਮ ਆ ਵੀ ਇਹਨੂੰ ਅਸੀਂ ਸੁਧਾਰੀਏ ਤੇ ਜਿਹੜਾ ਕਿ ਸ਼ਹਿਰ ਸਾਡਾ ਸੁਖੀ ਹੋ ਸਕੇ ਸਰ ਇੱਕ ਆਪਾਂ ਹੁਣ ਇੱਕ ਗੱਲ ਹੋਰ ਕਰਨੀ ਆ ਅਸੀਂ ਨਾ ਵਾਰਡ ਨੰਬਰ 2 ਦੇ ਵਿੱਚ ਜਦੋਂ ਸਰਵੇ ਕਰ ਰਹੇ ਸੀਗੇ ਤਾਂ ਉਥੇ ਇੱਕ ਨਾ ਜਿਮ ਬਣਿਆ ਓਪਨ ਜਿਮ ਤੇ ਆਉਣ ਵਾਲੇ ਸਮੇਂ ਦੇ ਵਿੱਚ ਬਰਾਡ ਸਾਹਿਬ ਨੂੰ ਰਿਕਵੈਸਟ ਕਰਕੇ ਨਕੋਦਰ ਲਈ ਹੋਰ ਜਿਮ ਮਿਲਣ ਦੀ ਆਸ ਹੈ ਕਿ ਨਹੀਂ ਜੀ ਬਿਲਕੁਲ ਜੀ ਜਿਮ ਤਾਂ ਸਾਡੀ ਵਾਰਡ ਚ 15 16 ਚ ਵੀ ਆਇਆ ਪਿਆ ਜੀ ਪਾਰਕ ਦੇ ਵਿੱਚ ਲੱਗਣਾ ਵਾ ਉਹ ਕੁਝ ਪਾਰਕ ਦੀ ਡਵੈਲਪਮੈਂਟ ਦਾ ਕੰਮ ਚੱਲਦਾ ਵਾ ਫੌਰੀ ਤੌਰ ਤੇ ਇਲੈਕਸ਼ਨ ਤੋਂ ਪਹਿਲਾਂ ਜਾਂ ਇਲੈਕਸ਼ਨ ਤੋਂ ਬਾਅਦ ਪਾਸ ਹੋਇਆ ਜੀ ਉਹ ਵੀ ਜਿਮ ਲੱਗੂਗਾ ਬਾਕੀ ਸਾਡੇ ਸ਼ਹਿਰ ਦੀ ਸਭ ਤੋਂ ਵੱਡੀ ਜਿਹੜੀ ਸਾਨੂੰ ਖੁਸ਼ੀ ਆ ਆਰੀਆ ਸਕੂਲ ਦੀ ਗਰਾਊਂਡ ਦੇ ਵਿੱਚ ਇੱਕ 63 ਲੱਖ ਦੀ ਲੱਗਦਣਾ ਸਟੇਡੀਅਮ ਬਣ ਰਿਹਾ ਵਾ ਔਰ ਸਾਡੇ ਸ਼ਹਿਰ ਦੇ ਵਿੱਚ ਕੋਈ ਵੀ ਸਟੇਡੀਅਮ ਨਾਲ ਦੀ ਚੀਜ਼ ਨਹੀਂ ਸੀਗੀ ਅੱਜ ਤੁਸੀਂ ਜਾ ਕੇ ਦੇਖੋ ਕੰਮ ਚੱਲ ਰਿਹਾ ਵਾ ਔਰ ਸਾਡੇ ਬੱਚੇ ਜਿਹੜੇ ਆ ਉਥੇ ਵਧੀਆ ਤੋਂ ਵਧੀਆ ਖੇਡ ਸਕਣਗੇ ਜੀ ਸਰ ਲਾਸਟ ਦੇ ਵਿੱਚ ਇੱਕ ਸਵਾਲ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਲੈਕਸ਼ਨ ਜਿੱਤਦੇ ਆ ਤੇ ਸ਼ਹਿਰ ਦੇ ਵਿੱਚ ਜਿਹੜੀ ਪਾਰਕਿੰਗ ਦੀ ਸਮੱਸਿਆ ਜਾਂ ਸਫਾਈ ਦੀ ਸਮੱਸਿਆ ਉਹਦਾ ਕਿਵੇਂ ਨਿਜਾਤ ਪਾ ਸਕਦੇ ਕੋਈ ਬੰਦੇ ਨੇ ਪਲਾਨ ਕੀਤਾ ਹੁੰਦਾ ਵੀ ਇਹ ਚੀਜ਼ ਦਾ ਹੱਲ ਹੈ ਜੀ ਦੇਖੋ ਪਾਰਕਿੰਗ ਦੀ ਸਮੱਸਿਆ ਇਹ ਸਾਡੇ ਨਕੂਦ ਦੀ ਸਾਰੇ ਆਲ ਰੋਡ ਇੰਡੀਆ ਪੰਜਾਬ ਚ ਹੈ ਬਿਲਕੁਲ ਟ੍ਰੈਫਿਕ ਦੀ ਸਮੱਸਿਆ ਕਲੇ ਨਿਕੋਦਰੇ ਸਾਰੇ ਪਾਸੇ ਹੀ ਆ ਤੁਸੀਂ ਜਲੰਧਰ ਲੁਧਿਆਣਾ ਜਿੱਥੇ ਵੀ ਦੇਖ ਲੋ ਸਾਡਾ ਸ਼ਹਿਰ ਇੱਕ ਧਾਰਮਿਕ ਸ਼ਹਿਰ ਬਣ ਚੁੱਕਾ ਡੇਰਾ ਬਾਬਾ ਮੁਰਾਸ਼ਾ ਇੱਕ ਬਹੁਤ ਹੀ ਇਤਿਹਾਸਿਕ ਸਾਡਾ ਡੇਰਾਵਾ ਡੇਰਾ ਬਾਬੂ ਲਾਲ ਬਾਸ਼ਾ ਮਾਲੜੀ ਸਾਹਿਬ ਜਿਨ੍ਹਾਂ ਨੂੰ ਸਾਰੇ ਨਤਮਸਤਕ ਹੁੰਦੇ ਉੱਥੇ ਜਗਾ ਦੀ ਇਨੀ ਮਾਨਤਾ ਹੋ ਗਈ ਆ ਵੀ ਦੂਰੋਂ ਦੂਰੋਂ ਲੱਖਾਂ ਡਰਾ ਸੰਕਟਾਂ ਹੁੰਦੀਆਂ ਸਾਡਾ ਪਹਿਲਾ ਸਾਡਾ ਏਮ ਰਹੇਗਾ ਭਈ ਉਹਨਾਂ ਵਾਸਤੇ ਅਸੀਂ ਕੋਈ ਏਦਾਂ ਦਾ ਸਿਸਟਮ ਬਣਾ ਸੀ ਕਿ ਜਿਹੜਾ ਬਾਰੋ-ਬਾਰ ਸੰਗਤ ਆਵੇ ਔਰ ਬਾਰੋ-ਬਾਰ ਬੜੇ ਆਰਾਮ ਨਾਲ ਨਿਕਲ ਜਾਵੇ ਟ੍ਰੈਫਿਕ ਦਾ ਮੇਨ ਕਾਰਨ ਇਹ ਹੈ। ਬਾਕੀ ਜਿਹੜੀ ਤੁਸੀਂ ਪਾਰਕਿੰਗ ਗੱਲ ਕੀਤੀ ਆ ਸਾਡੇ ਕੋਲ ਜਗ੍ਹਾ ਤਾਂ ਬਹੁਤ ਆ। ਜਿੱਦਾਂ ਆਪਾਂ ਸਿਵਲ ਹਸਪੀਟਲ ਵਾਲੀਏ ਉੱਥੇ ਸਾਡੇ ਕੋਲ ਕਾਫੀ ਜਗ੍ਹਾ ਪਈ ਆ। ਰੇੜੀ ਮਾਰਕੀਟ ਵਾਲੀਏ ਇੱਧਰ ਮਾਲੀ ਰੋਡ ਤੇ ਜਗ੍ਹਾ ਹੈਗੀ ਆ। ਅਸੀਂ ਜਦੋਂ ਹਾਊਸ 'ਚ ਪਹੁੰਚਾਂਗੇ ਆਪਣੇ ਸਾਥੀਆਂ ਨਾਲ ਸਾਰੀ ਸਲਾਹ ਕਰਕੇ ਪ੍ਰਸ਼ਾਸਨ ਨਾਲ ਸਲਾਹ ਕਰਕੇ ਇੱਕ ਪ੍ਰੋਪਰ ਅਸੀਂ ਪਾਰਕਿੰਗ ਦਵਾਂਗੇ। ਸਾਡੀ ਇਹ ਸੋਚ ਆ। ਸੋ ਇਹ ਹਨ ਗੌਰਵ ਜਨ ਜੀ ਜਿਨ੍ਹਾਂ ਵੱਲੋਂ ਬੜੇ ਵੱਡੇ ਵਾਅਦੇ ਕੀਤੇ ਜਾ ਰਹੇ ਆ ਕਿ ਹਾਊਸ ਵਿੱਚ ਪਹੁੰਚਣ ਤੋਂ ਬਾਅਦ ਸ਼ਹਿਰ ਦੀਆਂ ਜਿਹੜੀਆਂ ਮੁੱਢਲੀਆਂ ਸਮੱਸਿਆਵਾਂ ਨੇ ਜਾਂ ਜ਼ਰੂਰਤਾਂ ਨੇ ਉਹਨਾਂ ਨੂੰ ਜਲਦੀ ਪੂਰਾ ਕੀਤਾ ਜਾਊਗਾ ਹੋਰ ਵੀ ਮੁੱਦਿਆਂ ਦੇ ਨਾਲ ਤੁਹਾਡੇ ਕਚਹਿਰੀ 'ਚ ਹਾਜ਼ਰ ਹੁੰਦੇ ਰਵਾਂਗੇ ਕੈਮਰਾਮੈਨ ਅਜੇ ਦੇ ਨਾਲ ਲਵਲੀ ਕੁਮਾਰ ਸਾਹ ਤੀਵੀ ਨਗੂਦਰ ਜੇਕਰ ਤੁਸੀਂ ਦਰਦਦਰ ਦੀਆਂ ਠੋਕਰਾ ਖਾ ਕੇ ਪਰੇਸ਼ਾਨ ਹੋ ਚੁੱਕੇ ਹੋ ਤਾਂ ਇਧਰ ਉਧਰ ਨਾ ਘੁੰਮੋ ਕਿਉਂਕਿ ਮਹਾਕਾਲੀ ਜੋਤਿਸ਼ ਕੇਂਦਰ ਕਰੇਗਾ ਤੁਹਾਡੀ ਹਰ ਸਮੱਸਿਆ ਦਾ ਹੱਲ ਜੇਕਰ ਤੁਹਾਡਾ ਪਤੀ ਪ੍ਰੇਮੀ ਜਾਂ ਬੇਟਾ ਕਿਸੇ ਦੇ ਵਸ ਵਿੱਚ ਹੈ ਤਾਂ ਕਬਰਾਉਣਾ ਮਹਾਕਾਲੀ ਜੋਤਿਸ਼ ਕੇਂਦਰ ਕੋਲਾ ਉਹ ਤੇ ਆਪਣੀ ਹਰ ਸਮੱਸਿਆ ਤੋਂ ਛੁਟਕਾਰਾ ਪਾਓ ਵਸ਼ਿਕਨ ਸਪੈਸ਼ਲਿਸਟ ਲੰਬੈਰਿਸ ਕੋਟ ਕਚੈਰੀ ਵਿੱਚ ਜਿੱਤ ਵਿਦੇਸ਼ ਜਾਤਰਾ ਕਰਜੇ ਤੋਂ ਛੁਟਕਾਰਾ ਪਤੀ ਪਤਨੀ ਵਿੱਚ ਅਣਬਣ ਕਾਰੋਬਾਰ ਵਿੱਚ ਘਾਟਾ ਲਾਟਰੀ ਨੰਬਰ ਬਿਮਾਰੀ ਵਿੱਚ ਦੁਆਰ ਨਾ ਲੱਗਣਾ ਰੁੱਸੇ ਪ੍ਰੇਮੀ ਪ੍ਰੇਮਿਕਾ ਨੂੰ ਮਨਾਉਣਾ ਆਤ ਹਰ ਸਮੱਸਿਆ ਦਾ ਹੱਲ 100% ਗਰੰਟੀ ਨਾਲ ਤੁਸੀਂ ਰੋਂਦੇ ਹੋਏ ਆਓਗੇ ਅਤੇ ਹੱਸਦੇ ਹੋਏ ਜਾਓਗੇ ਇੱਕ ਫੋਨ ਤੁਹਾਡੀ ਬਦਲ ਸਕਦਾ ਹੈ ਜ਼ਿੰਦਗੀ ਤਾਂ ਫਿਰ ਸੋਚਣਾ ਛੱਡੋ ਆਜੀ ਆਓ ਮਹਾਕਾਲੀ ਜੋਤਿਸ਼ ਕੇਂਦਰ ਮੋਬਾਈਲ ਨੰਬਰ 7007948877